जिला तरन तारण के विधानसभा हलका खेमकरण अधीन आउंदे पिंड सुरसिंह विखे लुटेरिया ने रात नूं एक पेट्रोल पंप नूं अपना निशाना बनाया है। पंज लुटेरिया ने पहला पेट्रोल पंप तो मोटरसाइकिल दे विच तेल पाया अते बाद विच हथियारा दी नोक ते पेट्रोल पंप ते मौजूद करिंदिया वल्लों 26,000 दे करीब दी लुट कीती है। घटना उत्ते लगे सीसीटीवी कैमरे विच कैद होई है अते लुटेरे घटना नूं अंजाम देण तो बाद मौके तो फरार हो गए। भिखीविंड पुलिस ने मामले की जांच शुरू कर दी है। सोनू फतेहाबाद की विशेष रिपोर्ट। की गल हुई है जिहड़ी रात जिहड़ी लुट दा होया जी? जी पंप ते आए 3-4 जने ते सप्लेंडर मोटरसाइकिल ही पाची ते कैटी वाले गए ते पिस्तौल ही उन्हां कोल ते पैसे लै गए। किन्ने क बजे दा टाइम? कोई 10 क बजे। की आउंदा तुहाडे ते वार कीते जां की गल हुई सारी? आउंदा तेल पाया उन्हां पहलां ते फिर ट्रैक्टर ही तेल पाया ते फिर के पैसे लै गए। कई कह मोटरसाइकिल गांह चल गया तो पैसे लैन गए ते वो एक्टिवा वाले मुड़ के पिस्तौल कढ लिया। किन्ने पैसे दी लुट हुई? 26,380 रुपये। की गल हुई जिहड़ी राती हुई? राती तेल पाउण आए हड तों, पहला एक्टिवा तेल पाया फिर उन्हें घेरा घेरा कढ़िया वेख्या आसा पासा फिर आण के पिस्तौल रख लिया कन्न ते कहिंदा जो हैगा कढ दो ते ਉਹਨਾਂ ਦੇ ਕਾਰਵਾਈ ਕੀਤੀ ਜਾਊਗੀ। ਤੇ ਕਿੰਨੇ ਪੈਸੇ ਦੀ ਲੁੱਟ ਹੋਈ ਹੈ? ਕਿੰਨੇ ਪੈਸੇ ਤੁਹਾਡੇ ਕੋਲ ਲੱਗੇ? 2,380 ਰੁਪਏ ਦੀ ਲੁੱਟ ਹੋਈ। ਇਹ ਕਿਸੇ ਹੋਰ ਦਾ ਵੀ ਕਹਿੰਦੇ ਮੋਬਾਈਲ ਵੀ ਖੋਇਆ ਗਿਆ? ਹਾਂਜੀ ਇੱਕ ਮੁੰਡਾ ਗਾਹ ਕੀ ਉਹਦਾ ਫੋਨ ਪਿਆ ਆਈਫੋਨ। ਇਹ ਸਰ ਪੈਟਰੋਲ ਪੰਪ ਦੀ ਲੁੱਟ ਹੋਈ ਹੈ ਸਰ, ਕੀ ਸਾਰਾ ਮਸਲਾ? ਇਹ ਜੀ ਰਾਤ 10 ਵਜੇ ਦੇ ਕਰੀਬ 4-5 ਵਿਅਕਤੀ ਜਿਹੜੇ ਸੀਗੇ ਅਣਪਛਾਤੇ, ਦੋ ਮੋਟਰਸਾਈਕਲ 'ਤੇ ਆ ਕੇ ਉਹਨਾਂ ਪੱਧਰੀ ਪਾਸੋਂ ਦੋ ਜਿਹੜਿਆਂ ਕੋਲ ਇੱਕ ਐਕਟਿਵਾ ਜਿਹੜੀ ਖੋਹ ਕੀਤੀ ਹੈ। ਉਹ ਐਕਟਿਵਾ ਦੀ ਖੋਹ ਕਰਕੇ ਪੱਧਰੀ ਤੋਂ ਫਿਰ ਆਉਂਦੇ ਹੋਏ ਉਹ ਸੁਰਸਿੰਗ ਲਾਗੇ ਜਿਹੜਾ ਪੈਟਰੋਲ ਪੰਪ ਹੈ ਉੱਥੋਂ 20,000 ਦੇ ਕਰੀਬ ਕੈਸ਼ ਅਤੇ ਇੱਕ ਉੱਥੇ ਜਿਹੜਾ ਕੋਈ ਕਸਟਮਰ ਤੇਲ ਪਾਉਣ ਆਇਆ ਸੀ ਉਹਦਾ ਮੋਬਾਈਲ ਜਿਹੜਾ ਖੋਹ ਕੇ ਉੱਥੋਂ ਜਿਹੜੇ ਫਰਾਰ ਹੋਏ ਨੇ। ਇਹਦੇ ਵਿੱਚ ਜਿਹੜਾ ਕੈਮਰੇ ਵਗੈਰਾ ਚੈੱਕ ਕਰਕੇ ਅਸੀਂ ਜਿਹੜੀਆਂ ਫੁਟੇਜ ਵਗੈਰਾ ਉਹਦੀ ਲੈ ਰਹੇ ਹਾਂ ਅਤੇ ਜੋ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ। ਸਰ ਕੋਈ ਪਤਾ ਲੱਗ ਸਕਦਾ ਕਿ ਕਿੱਥੋਂ ਦੇ ਜਾਂ ਕੌਣ ਹੈ? ਇਹ ਜੀ ਕੈਮਰੇ ਜਿਹੜੇ ਉਹਨਾਂ ਦੇ CCTV ਲੱਗੇ ਨੇ, ਉਹਨਾਂ ਦੀ LCD ਨਹੀਂ ਸੀ ਲੱਗੀ, ਉਹ ਅਸੀਂ ਲੈ ਰਹੇ ਉਹਨਾਂ ਤੋਂ ਜਿਹੜੀਆਂ ਕਲੀਅਰ ਪਿਕਚਰ ਜਿਹੜੀਆਂ ਉਹਨਾਂ ਨੂੰ ਡਿਵੈਲਪ ਕਰਾ ਕੇ ਅਤੇ ਇਹ ਵੀ ਪਤਾ ਲੱਗਾ ਉੱਥੋਂ ਪੁੱਛਣ 'ਤੇ ਕਿ ਉਹਨਾਂ ਨੇ ਇੱਕ ਮੂੰਹ ਨਹੀਂ ਸੀ ਬੰਨਿਆ ਹੋਇਆ ਅਤੇ ਹੋ ਸਕਦਾ ਸਾਨੂੰ ਜਿਹੜਾ ਐਗਜੈਕਟ ਮੂੰਹ ਜਿਹੜਾ ਮਿਲ ਜਾਵੇ ਕਿ ਉਹਦੀਆਂ ਸ਼ਕਲਾਂ ਉਹਨਾਂ ਦੀ ਪਛਾਣ 'ਚ ਆ ਜਾਣ ਅਤੇ ਛੇਤੀ ਜਿਹੜੇ ਉਹ ਦੋਸ਼ੀ ਗ੍ਰਿਫਤਾਰ ਕੀਤੇ ਜਾਣ।